पागल दे पुत्रों केड़ी शूटिंग ते करता ओए ते पंप ब्लास्ट हो गया बगैर तो अब इसको फटड़ करता अब बात खराब कर दी लट करो और सिर मारता ऊपर ठहर जा यार ओ तेरे ते गोली बजे के टन दी आवाज आंदी है देखी लोए दा मैं ओ जने नाल दो हीरो कर लिया मैं उन्होंने कह रहे मैं क्या इतने शूटिंग करते हैं और एक गंदी नसल कहता इधले हाथ आओ ताजा ताजा बात उठी है ना पता नहीं लगता अपनी लै लिया मेरे भावे कली सवारी सुधार छड़ गया अपनी इसकी वजह तो पहला कर गया एक पहुंचोगे कहता इधर चली सॉरी 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 मलबा तो सुट गया असि कोई शरारत नहीं की असि खलोते रहे सुट असि अज भी कर सकते नहीं तू इंज ता नहीं किया मेरे मलबा तो सारा गंदा गटर का तेन तो मजा आन डे जो लिफाफे पैन डे एक तीसरा पेट्रोल पा सिर्फ सवेर की रोटी खवाई है ऐसा मेनू ले फिर ये तो मैं कहना जिन्हें को गड्डिया सारे ऐसा बंदा रख लो गड्डी ला लो ऐसा बगैर खर्चे सारा कुछ एदी वजह तो रहा एदी वजह तो सारा कई नंगियां तारा ना हाथ ला के ना नंगी शायद वेख के मेरे को रहा नहीं जांदा बेवकूफ बंब चलिया तुसे एडा महंगा बंब लवा लिया नाल कलाक नहीं लवाया बेटामा पाटिया मैं कही जा रहा इनू मैं कह रहा मैं ना जा ना जा ਇਹਦੀ ਵਜ੍ਹਾ ਤੋਂ ਨੁਕਸਾਨ ਹੋਇਆ ਕਿਹਦੀ ਵਜ੍ਹਾ ਤੋਂ ਹੋਇਆ ਤੁਹਾਡੀ ਵਜ੍ਹਾ ਨਾਲ ਹੋਇਆ ਸਾਲਿਆ ਤੁਹਾਡੇ ਤੇ ਬੰਬ ਨੂੰ ਵੈਸੇ ਖਿੱਚ ਸੀ ਉਹ ਤਾਂ ਪਹਿਲਾਂ ਡੀਕਣ ਡਿਆ ਸੀ ਕਿਤੇ ਮੇਰੇ ਕੋਲੇ ਆਉਣ ਤੇ ਮੈਂ ਚੱਲਾਂ ਓਏ ਬਸ ਬਸ ਤੇਰੀ ਤਾਂ ਮਾਸੀਆ ਪੁੱਤਾ ਬੰਬ ਓਏ ਬਸ ਕਰ ਓਏ ਤੇਰੇ ਨਾਲ ਚਾਹ ਵੀ ਨਿਕਲ ਜਾਂਦਾ ਓਏ ਬਸ ਕਰ ਓਏ ਅੱਗੇ ਲੜ ਲੜ ਕੇ ਤੁਸੀਂ ਇਸ ਮੁਲਕ ਦਾ ਖਾਣਾ ਖਰਾਬ ਕਰ ਦਿੱਤਾ ਕਦੋਂ ਕਦੋਂ ਲੜਾਂਗੇ ਅਸੀਂ ਕੋਈ ਲੜ ਲੜ ਕੇ ਭੈਣ ਭਰਾਵਾਂ ਨੂੰ ਨਹੀਂ ਬੁਲਾਉਂਦੇ ਆ ਤੇ ਕੋਈ ਸਕੇ ਮਾਪਿਓ ਨੂੰ ਮੂੰਹ ਨਹੀਂ ਲਾਉਂਦੇ ਆ ਇਹ ਲੜਾਈਆਂ ਝਗੜਿਆਂ ਦੇ ਨਾਲ ਅਸੀਂ ਕਦੋਂ ਤੱਕ ਜੀਵਾਂਗੇ ਓਏ ਹੁਣ ਵੀ ਵੇਲਾ ਸਾਨੂੰ ਇੱਕ ਹੋ ਜਾਣਾ ਚਾਹੀਦਾ ਅੱਲਾਹ ਪਾਕ ਦੀ ਕਸਮ ਹੈ ਜੇ ਅਸੀਂ ਇੱਕ ਹੋ ਜਾਈਏ ਤੇ ਕੋਈ ਵੀ ਗੈਰ ਮੁਲਕੀ ਅੱਖ ਮੈਲੀ ਅੱਖ ਨਾਲ ਸਾਡੇ ਮੁਲਕ ਨੂੰ ਨਾ ਵੇਖ ਸਕੇਗੀ ਭਾਈ ਇਹ ਸਾਰੀਆਂ ਗੱਲਾਂ ਸ਼ਬਾਸ਼ ਸ਼ਰੀਫ ਸਾਹਿਬ ਨੂੰ ਜਾ ਕੇ ਸਮਝਾਓ ਸਾਰੀ ਦੁਨੀਆ ਆਟੇ ਵਾਲੀ ਲਾਈਨ 'ਚ ਲਾਈ ਹੈ ससा वर्गी आवाज है तेरी सुन एडी बुरी भी नहीं चादर लाई दी है चादर चुप दैश होण दई पूरी फिल्म हीर मर रोंदी रही है यार ओदी ऐसी मर गया जेब कतरे वाली कहानी लिखी है जेब कतरे वाली
ਜੇਬ ਕਤਰਾ ਨਹੀਂ ਨਹੀਂ ਇੱਕ ਪਤਾ ਨਹੀਂ ਇਹਦੇ ਕਿਹੜੀ ਫਿਲਮ ਲੱਗੀ ਆ ਹਾਂ ਇਹ ਹੀਰੋ ਇੰਜ ਕਰਕੇ ਗੱਡੀ ਤੇ ਚੜਿਆ ਅੱਛਾ ਇੱਕ ਬੰਦੇ ਦਾ ਐ ਗੋਡਾ ਵੱਜਿਆ ਵਾ ਹਾਂਜੀ ਮੁੜ ਕੇ ਹੀਰੋ ਹੀਰਵਨ ਵਾਸਤੇ ਬੰਦੇ ਲੱਭਦਾ ਫਿਰ ਰਿਹਾ ਤੁਸੀਂ ਅੰਦਰ ਬੈਠੋ ਕਿਉਂ ਕਿਉਂ ਭਈਆ ਮੈਂ ਕਹਾਣੀ ਤੁਹਾਨੂੰ ਸੁਣਾਉਣੀ ਸ਼ਾਹ ਸੁਣ ਕੇ ਜਾਂਦੇ ਕਹਾਣੀ ਆ ਦੇਖੋ ਨਾ ਤੁਸੀਂ ਦੱਸਾਂ ਕਰਨਾ ਹਾਂਜੀ ਤੁਹਾਡੇ ਵਾਸਤੇ ਇੱਕ ਨਵਾਂ ਸੀਨ ਆ ਜੀ ਅੱਛਾ ਜੀ ਇੱਕ ਬਾਬਾ ਬਾਥਰੂਮ 'ਚ ਬੈਠਾ ਇੱਕ ਬਾਬਾ ਬਾਥਰੂਮ 'ਚ ਬੈਠਾ ਤੁਸੀਂ ਦਰਵਾਜ਼ਾ ਖੋਲ ਕੇ ਕਹਿੰਦਾ ਚਾ ਕੀ ਲਿਖ ਬੈਠਾ ਕੀ ਲਿਖ ਬੈਠਾ ਆਹਾ ਇਹ ਦੇਖੋ ਸੀਨ ਨਵਾਂ ਸੀਨ ਹੈ ਜੀ ਇਧਰ ਆ ਮਾਂ ਪਿਓ ਨੂੰ ਚਾਹੀਦਾ ਕਿ 9ਵੇਂ ਮਹੀਨੇ ਹਟ ਜਾਣ ਕਿਉਂ ਇਹਦੇ ਅੱਬੇ ਨੇ ਆਪਣਾ ਟੇਸਟ ਨਹੀਂ ਛੱਡਿਆ ਮੁੰਡਾ ਅੰਦਰ ਹੀ ਠੋਕਦਾ ਅੱਬੇ ਨੂੰ ਕੋਈ ਆਉਂਦਾ ਨਹੀਂ ਡਬਲ ਡਬਲ ਆਹ ਮੈਂ ਤੇ ਫਿਰ ਪੁੱਛਿਆ ਮੈਂ ਕਿਹਾ ਹਟਿਆ ਕਿਉਂ ਨਹੀਂ ਕਹਿੰਦਾ ਮੈਨੂੰ ਡਬਲ ਮਜ਼ਾ ਆਉਂਦਾ ਸੀ ਇਹ ਸਰੀਆ ਦਾ ਮੁੰਡਾ ਵਾ ਨਹੀਂ ਤੇਰੀ ਅੰਮੀ ਦਾ ਮੁੰਡਾ ਵਾ ਕੀ ਹੈ ਡੱਡੂ ਓ ਇਹ ਨਿਕਾ ਜਾ ਆਉਂਦਾ ਸੀ ਨਾ ਹੀ ਇਹਨਾਂ ਦੇ ਘਾਰੇ ਦੀਆਂ ਸੁਣਦਾ ਕਰਨਾ ਆ ਉਹ ਇਹਦੀ ਧੌਣ ਲਾਉਣ ਲੱਗਾ ਸੀ ਜੇ ਨਾ ਬੋਲੇ ਤੇਰਾ ਬਰਾਦਰੀ ਚ ਨੱਕ ਨਹੀਂ ਰਹਿੰਦਾ ਜਿੰਨੀ ਦੂਰ ਤੂੰ ਬੈਠਾ ਹੈ ਜਨਾਜ਼ੇ ਨੂੰ ਮਾਰ ਪਈ ਇਹਨੂੰ ਐਡੀ ਦੂਰ ਦੇ ਤਾਂ ਲੋਕੀ ਪਰੌਣੇ ਨਹੀਂ ਵਿਆਹ ਦਸਾਦੇ ਜਨਾਜ਼ੇ ਜੇ ਨੂੰ ਮਾਰ ਪਈ ਕਿਉਂ ਕਿਉਂ ਸਾਰੇ ਗੰਨ ਕਲਮਾ ਚਹਾਦੇ ਦੇ ਕੱਲਾ ਗਈ ਮੈਂ ਕੱਢੂਆ ਆ ਗਿਆ ਇਹਦਾ ਆਪਾਂ ਇਹਦੀ ਮਾਂ ਤੋਂ ਕਹਿ ਦੇ ਕਹੀਏ ਮੈਂ ਕੱਢੂਆ ਆ ਗਿਆ ਕੱਢੂਆ ਆ ਗਿਆ ਓਏ ਇਦਾਂ ਨਾ ਕਰਿਆ ਕਰ ਤੂੰ ਸਾਦਾ ਚੰਗਾ ਨਹੀਂ ਲੱਗਦਾ चुम्मी लई नक भी बेच आ गया घर ओनू गुम है हो गया आप सुहागरा उसने बुढ़ी ने मुंडा दुध लाया सौ गया मैं क्या कहना अम्मी की याद आने ਇਹਦੀ ਬੁੱਢੀ ਕਹਿੰਦੀ ਨਾ ਤੁਹਾਡੀ ਮੇਰੀ ਆਦਤ ਮਿਲਦੀ ਨਾ ਤਬੀਅਤ ਮਿਲਦੀ ਇੱਕ ਸ਼ਾਇ ਮਿਲਦੀ ਆ ਹੱਸ ਕੇ ਕਹਿੰਦਾ ਉਹ ਕਿਹੜੀ ਕਹਿੰਦੀ ਜਿਹੋ ਜਿਹੇ ਤੁਹਾਡੇ ਉਤਲੇ ਬੋਲਾ ਤਾਂ ਜਾ ਗੰਦਿਆ ਉਹ ਜੇ ਮੇਰੇ ਕੰਨ ਆ ਕਹਿੰਦੀ ਆਹੋ ਫਰਕ ਸਿਰਫ ਇਹ ਆ ਤੁਹਾਡੇ ਬੋਲਾ ਐਸ ਰੁਕਦੇ ਆ ਮੇਰੇ ਐਸ ਰੁਕਦੇ ਆ ਹੈ ਤੋਬਾ ਵਾਹ ਵਾਹ अपने सारे मेन दहेज चाहिए तेन पूरे पिंड की टैक्सी देती है पिछे कुछ बह गया चार बंदे ताश खेलने बंदा पिछे खलो एक गल कर दो नस कर तेरे ना की चाह पी वा ਪਿਛਲਾ ਬੰਦਾ ਮੈਨੂੰ ਬੁੱਢੀ ਦੇ ਬਲੈਣ ਤੇ ਹੱਥ ਮਾਰਦਾ ਕਹਿੰਦਾ ਮਾਰ ਪਰਸ ਤੋਂ ਮੇਰੇ ਕੋਲ ਹੀ ਆ ਉਸੇ ਵਹਿਣ ਚ ਇਹਦੀ ਬੁੱਢੀ ਦੇ ਨਾਲ ਮਜ਼ਾ ਲੈਣ ਮਜ਼ਾ ਲੈਣ ਉਸੇ ਵਹਿਣ ਚ ਇਹਦੀ ਬੁੱਢੀ ਦੇ ਨਾਲ ਮਜ਼ਾ ਲੈਣ ਮਜ਼ਾ ਲੈਣ ਭਈ ਲੈ ਲੋ ਭਈ ਲੈ
ਪਤਾ ਪਤਾ ਮੈਨੂੰ ਕੀ ਪਤਾ ਉਹਨੇ ਪੈਸੇ ਵੀ ਕੱਢਣੇ।